ਇਹ ਕਹਿੰਦੇ ਆਪਰੇਸ਼ਨ ਲੋਟਸ ਆ ਜੀ। ਅਰੇ ਭਲੇ ਮਾਨਸੋ, ਆਪਰੇਸ਼ਨ ਲੋਟਸ, ਤੁਹਾਡੀ ਵੀ ਪਾਰਟੀ ਜਿਹੜੀ ਹੈ ਸਕੂਟਰ 'ਤੇ ਜਾਣ ਜੋਗੀ ਹੈ ਪੰਜਾਬ 'ਚ ਵਿਧਾਨ ਸਭਾ 'ਚ, ਸਾਡੀ ਵੀ ਪਾਰਟੀ ਸਾਈਕਲ ਸਕੂਟਰ ਵਾਲੀ ਹੈ, ਦੋ ਹੀ ਸਾਡੇ ਐੱਮ ਐੱਲ ਏ ਨਾ, ਅਤੇ ਅਸੀਂ ਆਪਰੇਸ਼ਨ ਲੋਟਸ ਕੀ ਚਲਾਉਣਾ ਅਤੇ ਤੁਸੀਂ ਕੀ ਚਲਾਉਣਾ, ਕੀ ਸਾਡੀ ਸਰਕਾਰ ਬਣਾ ਦੇਵੋਗੇ, ਕੀ ਸਾਡੀ ਸਰਕਾਰ ਕਰਾ ਦੇਵੋਗੇ, ਇਹ ਕਿਹੜੀਆਂ ਗੱਲਾਂ ਕਰਨ ਲੱਗੀਆਂ। ਇਹ ਆਮ ਆਦਮੀ ਪਾਰਟੀ ਤਾਂ ਇਹ ਝੂਠ ਬੋਲਦੀ ਹੁੰਦੀ ਹੈ, ਘੱਟ ਤੋਂ ਘੱਟ ਅਕਾਲੀ ਦਲ ਜਿਹੜਾ ਨਾ ਜੀ, ਜਦੋਂ ਕਹਿੰਦੇ ਸੀ ਨਾ ਜਥੇਦਾਰ ਜਗਦੇਵ ਸਿੰਘ ਤਲਵੰਡੀ ਆ ਗਏ, ਟੋੜਾ ਸਾਹਿਬ ਆ ਗਏ, ਅਕਾਲੀ ਦਲ ਦੀ ਗੱਲ ਬਣਦੀ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਸੀਗੇ, ਬੜੇ ਲੀਡਰ ਸੀ ਸਤਿਕਾਰਕ। ਅੱਜ ਕਿਹੜੇ ਖੇਤਰ ਦੇ ਪ੍ਰਧਾਨ ਦੀਆਂ ਗੱਡੀਆਂ 'ਚ ਟੋਨੀ ਗੋਨੀ ਬੰਟੀ ਸ਼ੰਟੀ ਉਤਾਰਨਾ, ਜਿਹੜੇ ਉਤਾਰਨਾ, ਇਹ ਕੀ ਹੈ? ਅਕਾਲੀ ਦਲ ਕਿੱਧਰ ਨੂੰ ਜਾ ਰਿਹਾ? ਬੀਬੀ ਜਗੀਰ ਕੌਰ ਚਾਰ ਵਾਰ ਦੀ ਪ੍ਰਧਾਨ ਹੈਗੀ ਹੈ ਸ਼੍ਰੋਮਣੀ ਕਮੇਟੀ ਦੀ, ਸ਼੍ਰੋਮਣੀ ਪ੍ਰਬੰਧਕ ਕਮੇਟੀ, ਔਰ ਇੱਕ ਡੇਰੇ ਦੀ ਪ੍ਰਮੁੱਖ ਵੀ ਹੈ, ਉਹ ਡੇਰੇ ਦਾ ਸਤਿਕਾਰ ਵੀ ਹੈ। ਅਤੇ ਇਹ ਜਿਹੜਾ ਬੜੇ ਲੀਡਰਾਂ ਨੂੰ ਮਾਨਿਤ ਕਰਦਾ ਉਹ ਵੀ ਠੀਕ ਨਹੀਂ। ਉਹ ਚੰਦੂ ਮਾਜਰਾ ਜੀ ਨੂੰ ਕਹਿਣਾ ਕਿ ਬਈ ਇਹ ਤਾਂ ਬੀਜੇਪੀ ਦਾ ਹੱਥ ਠੋਕਾ, ਔਰ ਉੱਧਰ ਢੀਂਡਸਾ ਜੀ ਨੂੰ ਇਹ ਕਹਿਣਾ, ਬੀਬੀ ਜਗੀਰ ਕੌਰ ਨੂੰ ਕਹਿਣਾ, ਬਟਾਲਾ ਸਾਹਿਬ ਨੂੰ ਕਹਿਣਾ, ਇਹਨਾਂ ਸਾਰਿਆਂ ਨੂੰ ਕਹਿਣਾ ਕਿ ਇਹ ਬੀਜੇਪੀ ਦੇ ਹੱਥ ਠੋਕੇ ਨੇ, ਇਹ ਕਿੱਡਾ ਵੱਡਾ ਅਪਮਾਨ ਕਿ ਤੁਸੀਂ ਇੱਦਾਂ ਦੀ ਭਾਸ਼ਾ ਬੋਲੋਗੇ। ਅਤੇ ਇਸ ਕਰਕੇ ਜਿਹੜੀ ਗੁੱਗਾ ਹਰਸਿਮਰਤ ਹੈ ਉਹਨਾਂ ਨੂੰ ਤਾਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ। ਮੈਨੂੰ ਕੋਈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸਾਰੇ ਜੁੜਦੇ ਹੋਣ, ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦੇ ਹੋਣ, ਮੈਨੂੰ ਕੀ ਇਤਰਾਜ਼ ਬਣੇ ਰਹਿਣ, ਪਰ ਸਾਨੂੰ ਖਾਮ ਖਾ ਬਦਨਾਮ ਜਿਹੜਾ ਜਿਸ ਤਰ੍ਹਾਂ ਕਰਨ ਲੱਗੇ ਹੋਏ ਆਪਰੇਸ਼ਨ ਲੋਟਸ, ਵੀ ਭਾਈ ਤੁਹਾਡੇ ਆ ਸਾਈਕਲ 'ਤੇ ਚੜ੍ਹਨ ਵਾਲੇ ਦੋ ਐੱਮ ਐੱਲ ਏ ਨੂੰ ਕੀ ਕਰਾਂਗੇ ਅਸੀਂ, ਅਤੇ ਸਾਡੇ ਕੋਲ ਵੀ ਦੋ ਹੀ ਨੇ। ਅਕਾਲੀ ਦਲ ਦੇ ਵਿੱਚ ਲਗਾਤਾਰ ਧੜੇਬੰਦੀ ਚੱਲ ਰਹੀ ਹੈ, ਪਰ ਉਸ ਧੜੇਬੰਦੀ ਨੂੰ ਲੈ ਕੇ ਇਲਜ਼ਾਮ ਜਿਹੜੇ ਨੇ ਉਹ ਸਿੱਧੇ ਤੌਰ 'ਤੇ ਬੀਜੇਪੀ ਦੇ ਉੱਤੇ ਲਗਾਏ ਜਾ ਰਹੇ ਨੇ ਕਿ ਬੀਜੇਪੀ ਲਗਾਤਾਰ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਬੀਜੇਪੀ ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਜੀ ਸਾਡੇ ਨਾਲ ਮੌਜੂਦ ਆ, ਗੱਲਬਾਤ ਕਰਾਂਗੇ ਕਿ ਜਾਣਾਂਗੇ ਕਿ ਅਸਲੀ ਸੱਚਾਈ ਕੀ ਹੈ। ਗਰੇਵਾਲ ਸਾਹਿਬ, ਲਗਾਤਾਰ ਇਲਜ਼ਾਮ ਲੱਗ ਰਹੇ ਨੇ ਕਿ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਬੀਜੇਪੀ ਦੇ ਵੱਲੋਂ। ਦੇਖੋ, ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਇਹ ਸੰਗਠਨ ਦੀ ਇੱਕ ਪੱਧਤੀ ਹੈ ਕੰਮ ਕਰਨ ਦਾ ਤਰੀਕਾ, ਕਿ ਜਿਹੜਾ ਪ੍ਰਧਾਨ ਹੁੰਦਾ ਨਾ ਉਹਦਾ ਕੰਮ ਹੁੰਦਾ, ਪ੍ਰਧਾਨ ਇੱਕ ਬਣਦਾ ਹੁੰਦਾ, ਪਾਰਟੀ ਸਾਰੇ ਮਿਲ ਕੇ ਚਲਾਉਂਦੇ ਹੁੰਦੇ ਆ, ਸਾਰਿਆਂ ਦਾ ਸਹਿਯੋਗ ਜਿਹੜਾ ਲੈ ਸਕੇ, ਸਾਰਿਆਂ ਨੂੰ ਮਿਲਾ ਕੇ ਚਲਾ ਸਕੇ, ਔਰ ਕੁਲੈਕਟਿਵ ਲੀਡਰਸ਼ਿਪ ਹੋਵੇ, ਤਾਂ ਫਿਰ ਇਹ ਚੱਲਦਾ। ਪਾਰਟੀਆਂ ਚੱਲਦੀਆਂ ਨੇ, ਪਾਰਟੀਆਂ ਇਸ ਤੋਂ ਬਿਨਾਂ ਨਹੀਂ ਚੱਲਦੀਆਂ। ਜੇ ਕੋਈ ਬੰਦਾ ਖੁਦ ਡਿਕਟੇਟਰਸ਼ਿਪ ਕਰੇ ਕਿ ਮੈਂ ਹੀ, ਮੇਰੀ ਗੱਲ ਨਹੀਂ ਮੰਨਣੀ ਪਏਗੀ, ਮੇਰਾ ਹੀ ਇਹ ਸਭ ਕਰਨਾ ਪਏਗਾ, ਫਿਰ ਨਹੀਂ ਚੱਲਦਾ। ਔਰ ਲੀਡਰਸ਼ਿਪ ਵੀ ਜਿਹੜੀ ਹੈ ਉਹ ਵੀ ਮਤਲਬ ਬਹੁਤ ਜ਼ਿਆਦਾ ਬਣਾਉਣੀ ਪੈਂਦੀ ਹੈ, ਡਿਵੈਲਪ ਕਰਨੀ ਪੈਂਦੀ ਹੈ, ਅਲੱਗ ਅਲੱਗ ਜਾਤੀਆਂ 'ਚੋਂ, ਅਲੱਗ ਧਰਮਾਂ 'ਚੋਂ, ਅਲੱਗ ਅਲੱਗ ਵਰਗਾਂ 'ਚੋਂ, ਤਾਂ ਕਿ ਲੋਕ ਉਹਨਾਂ ਦੀ ਅਪੀਲ ਨੂੰ ਮੰਨਣ ਅਤੇ ਕੁਲੈਕਟਿਵਲੀ ਸਾਰੇ ਇਸ ਨੂੰ ਚਲਾਉਣ। ਅਤੇ ਇਹਦੇ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗਲਤੀ ਕੀ ਹੈ ਕਿ ਉਹ ਆਪਦੀ ਕਮੀ ਨਹੀਂ ਮੰਨ ਰਹੇ ਕਿ ਮੇਰੀ ਕਮੀ ਹੈ, ਉਹ ਕਮੀ ਮੰਨ ਰਹੇ ਆ ਕਿ ਆਰੋਪ ਭਾਜਪਾ 'ਤੇ ਲਾ ਰਹੇ ਆ। ਭਾਜਪਾ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਪਹਿਲੀ ਗੱਲ ਤਾਂ ਮੈਂ ਤੁਹਾਨੂੰ, ਤੁਸੀਂ ਬਾਅਦ 'ਚ ਪੁੱਛੋਗੇ, ਜਵਾਬ ਦੇ ਹੀ ਦਿੰਦਾ। ਇਹ ਕਹਿੰਦੇ ਆਪਰੇਸ਼ਨ ਲੋਟਸ ਆ ਜੀ, ਅਰੇ ਭਲੇ ਮਾਨਸੋ, ਆਪਰੇਸ਼ਨ ਲੋਟਸ, ਤੁਹਾਡੀ ਵੀ ਪਾਰਟੀ ਜਿਹੜੀ ਹੈ ਸਕੂਟਰ 'ਤੇ ਜਾਣ ਜੋਗੀ ਹੈ ਪੰਜਾਬ 'ਚ ਵਿਧਾਨ ਸਭਾ 'ਚ, ਸਾਡੀ ਵੀ ਪਾਰਟੀ ਸਾਈਕਲ ਸਕੂਟਰ ਵਾਲੀ ਹੈ, ਦੋ ਹੀ ਸਾਡੇ ਐੱਮ ਐੱਲ ਏ ਨਾ, ਅਤੇ ਅਸੀਂ ਆਪਰੇਸ਼ਨ ਲੋਟਸ ਕੀ ਚਲਾਉਣਾ ਅਤੇ ਤੁਸੀਂ ਕੀ ਚਲਾਉਣਾ, ਕੀ ਸਾਡੀ ਸਰਕਾਰ ਬਣਾ ਦੇਵੋਗੇ, ਕੀ ਸਾਡੀ ਸਰਕਾਰ ਗਿਰਾ ਦੇਵੋਗੇ, ਇਹ ਕਿਹੜੀਆਂ ਗੱਲਾਂ ਕਰਨ ਲੱਗੇ ਹੋ? ਇਹ ਆਮ ਆਦਮੀ ਪਾਰਟੀ ਤਾਂ ਇਹ ਝੂਠ ਬੋਲਦੀ ਹੁੰਦੀ ਹੈ, ਘੱਟ ਤੋਂ ਘੱਟ ਅਕਾਲੀ ਦਲ ਜਿਹੜਾ ਨਾ ਜੀ, ਅਕਾਲੀ ਦਲ ਪੰਜਾਬ ਦੀ ਜ਼ਰੂਰਤ ਵੀ ਹੈ, ਪੰਥਕ ਪਾਰਟੀ ਹੈ, ਨੁਮਾਇੰਦਾ ਜਮਾਤ ਹੈ ਪੰਥੀ, ਔਰ ਬੜੇ ਸੰਘਰਸ਼ਾਂ ਤੋਂ ਬਾਅਦ ਅਕਾਲੀ ਦਲ ਬਣਿਆ।
ਔਰ ਅਕਾਲੀ ਦਲ ਦੀ ਲੀਡਰਸ਼ਿਪ ਵੀ ਜਦੋਂ ਅਸੀਂ ਪਹਿਲਾਂ ਪ੍ਰਧਾਨਾਂ ਦੇ ਨਾਂ ਲੈਂਦੇ ਸੀ ਤਾਂ ਨਾਂ ਲੈਂਦੇ ਸੀ ਸੰਤ ਬਾਬਾ ਫਤਿਹ ਸਿੰਘ, ਸ਼ਰਧਾ ਦੇ ਸਤਿਕਾਰ ਨਾਲ ਸਿਰ ਝੁਕ ਜਾਂਦਾ ਸੀ, ਮਾਸਟਰ ਤਾਰਾ ਸਿੰਘ। ਉਹ ਪਤਾ ਕੀ ਸੀ, ਜੇ ਅੱਜ ਮਾਸਟਰ ਤਾਰਾ ਸਿੰਘ ਨਾ ਹੁੰਦੇ ਤਾਂ ਆਹ ਪੰਜਾਬ ਜਿਹੜਾ ਇਹ ਵੀ ਦੇਸ਼ ਦਾ ਹਿੱਸਾ ਨਾ ਹੁੰਦਾ, ਉਹ ਦੂਸਰੇ ਪੰਜਾਬ ਨਾਲ ਹੋਣਾ ਸੀ। ਔਰ ਉਹਨਾਂ ਦੀ ਸਿਆਣਪ ਔਰ ਉਹਨਾਂ ਦਾ ਸਮਰਪਣ ਔਰ ਉਹ ਅਕਾਲੀ ਦਲ ਦੀ ਸਿੱਖਿਆ, ਅਕਾਲੀ ਦਲ ਦੇ ਸੰਸਕਾਰ, ਉਸ ਦੀ ਵਜ੍ਹਾ ਕਰਕੇ ਉਹਨਾਂ ਨੇ ਦੇਸ਼ ਦੇ ਨਾਲ ਇਸ ਨੂੰ ਜੋੜਿਆ। ਉਹ ਮਾਸਟਰ ਤਾਰਾ ਸਿੰਘ ਇੱਕ ਮਹਾਂਪੁਰਸ਼ ਨੇ ਇਸ ਮਾਮਲੇ 'ਚ। ਔਰ ਬੰਗਾਲ ਜਿਹੜਾ ਸਾਡੇ ਨਾਲ ਕਿਉਂ ਰਹਿ ਗਿਆ, ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਜਿਹੜੇ ਪਹਿਲੇ ਜਨਸੰਘ ਦੇ, ਭਾਰਤੀ ਜਨਸੰਘ ਦੇ ਅਧਿਅਕਸ਼ ਸੀ, ਉਹਨਾਂ ਦੀ ਵਜ੍ਹਾ ਕਰਕੇ ਰਿਹਾ। ਉਹਨਾਂ ਦੀ ਸ਼ਹਾਦਤ ਵੀ ਦੇਸ਼ ਦੇ ਲਈ ਹੋਈ, ਅਤੇ ਇਹ ਮਹਾਂਪੁਰਸ਼ ਸੀਗੇ। ਹੁਣ ਮਾਸਟਰ ਤਾਰਾ ਸਿੰਘ ਦਾ ਅੱਜ ਅਕਾਲੀ ਦਲ 'ਚ ਕੋਈ ਨਾਂ ਲੈਂਦਾ, ਸਤਿਕਾਰ ਕਰਦਾ? ਦੇਸ਼ ਨੂੰ ਸਤਿਕਾਰ ਕਰਨਾ ਚਾਹੀਦਾ ਇਹੋ ਜਿਹੀਆਂ ਸ਼ਖਸੀਅਤਾਂ ਦਾ। ਫਿਰ ਨਾਂ ਲਓ ਜਥੇਦਾਰ ਜਗਦੇਵ ਸਿੰਘ ਤਲਵੰਡੀ, ਸਰਦਾਰ ਜਿਹੜੇ ਪਹਿਲੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਖੜਕ ਸਿੰਘ, ਅਤੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵੀ ਪ੍ਰਧਾਨ ਸੀ, ਉਹਨਾਂ ਦਾ ਸਤਿਕਾਰ ਕਿੰਨਾ ਸੀ, ਉਹ ਸ਼੍ਰੋਮਣੀ ਅਕਾਲੀ ਦਲ ਦੇ ਵੀ ਪ੍ਰਧਾਨ ਸੀ, ਇੰਨੀ ਸਤਿਕਾਰਤ ਸ਼ਖਸੀਅਤ ਸੀਗੇ ਉਹ। ਅਤੇ ਇਸੇ ਤਰ੍ਹਾਂ ਹੀ ਸੰਤ ਹਰਚੰਦ ਸਿੰਘ ਲੌਂਗੋਵਾਲ, ਉਹਨਾਂ ਨੂੰ ਤਾਂ ਮੈਂ ਆਪ ਦੇਖਿਆ ਕਿਉਂਕਿ ਅਸੀਂ, ਮੈਂ ਵੀ ਉਸੇ ਇਲਾਕੇ ਦਾ ਹੀ ਹਾਂ, ਅਤੇ ਉਹਨਾਂ ਦਾ ਕਿੰਨਾ ਸਤਿਕਾਰ ਹੋਇਆ ਕਰਦਾ ਸੀ। ਕਦੇ ਝੂਠ ਨਹੀਂ ਬੋਲਣਾ ਉਹਨਾਂ ਨੇ, ਕਦੇ ਕੋਈ ਗਲਤ ਗੱਲ ਨਹੀਂ ਕਰਨੀ। ਫਿਰ ਪ੍ਰਧਾਨਾਂ ਦੀਆਂ ਗੱਡੀਆਂ 'ਚ ਉਤਰਦੇ ਸੀ, ਕੌਣ ਉਤਰਦੇ ਸੀ ਪਤਾ? ਜਥੇਦਾਰ ਗੁਰਚਰਨ ਸਿੰਘ ਟੌੜਾ ਔਰ ਸੰਤ ਬਾਬਾ ਚੰਨਣ ਸਿੰਘ, ਕਿੰਨੇ ਮਹਾਨ ਨਾਮ ਨੇ ਸਾਰੇ। ਸਰਦਾਰ ਸੁਰਜੀਤ ਸਿੰਘ ਬਰਨਾਲਾ ਔਰ ਜਥੇਦਾਰ ਮੋਹਨ ਸਿੰਘ ਤੁੜ, ਇਮਾਨਦਾਰੀ ਦੀ ਮੂਰਤ ਸੀ ਉਹ, ਠੀਕ ਹੈ। ਸਾਰਿਆਂ ਦਾ ਹੀ ਸਤਿਕਾਰ ਸੀ ਇਹਨਾਂ ਦਾ, ਲੀਡਰਸ਼ਿਪ ਦਾ। ਜਦੋਂ ਕਹਿੰਦੇ ਸੀ ਨਾ ਜਥੇਦਾਰ ਜਗਦੇਵ ਸਿੰਘ ਤਲਵੰਡੀ ਆ ਗਏ, ਟੌੜਾ ਸਾਹਿਬ ਆ ਗਏ, ਅਕਾਲੀ ਦਲ ਦੀ ਗੱਲ ਬਣਦੀ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਸੀਗੇ, ਬੜੇ ਲੀਡਰ ਸੀ, ਸਤਿਕਾਰਤ ਸੀ। ਅੱਜ ਕਿਹੜੇ ਉਤਰਦੇ ਆ ਪ੍ਰਧਾਨ ਦੀਆਂ ਗੱਡੀਆਂ 'ਚੋਂ? ਟੋਨੀ ਬੋਨੀ ਬੰਟੀ ਸ਼ੰਟੀ ਉਤਾਰ ਲਓ ਜਿਹੜੇ ਉਤਾਰਨੇ ਆ, ਹੈਂ। ਇਹ ਕੀ ਆ, ਅਕਾਲੀ ਦਲ ਕਿੱਧਰ ਨੂੰ ਜਾ ਰਿਹਾ, ਕਿਉਂ ਜਾ ਰਿਹਾ? ਹੁਣ ਅੱਜ ਢੀਂਡਸਾ ਸਾਹਿਬ ਜਿਹੜੇ ਬਾਦਲ ਸਾਹਿਬ ਦੇ ਸਾਥੀ ਰਹੇ, ਉਹ ਸਰਪ੍ਰਸਤ ਬਣਾ ਲਏ ਅਕਾਲੀ ਦਲ ਦੇ, ਬਈ ਉਹਨਾਂ ਦੇ ਆਪਣੀ ਸੀਟ ਜਿਹੜੀ ਉਹ ਐਮ ਪੀ ਬਣਦੇ ਰਹੇ, ਉਹਨਾਂ ਦਾ ਬੇਟਾ ਉੱਥੋਂ ਉਸੇ ਜ਼ਿਲ੍ਹੇ 'ਚੋਂ ਜਿੱਤ ਕੇ ਉਸੇ ਪਾਰਲੀਮੈਂਟ 'ਚੋਂ ਫਾਈਨਾਂਸ ਮਿਨਿਸਟਰ ਵੀ ਬਣਿਆ, ਪੀ ਡਬਲਯੂ ਡੀ ਮਿਨਿਸਟਰ ਵੀ ਬਣਿਆ, ਅਤੇ ਉਹ ਸੀਟ ਵੀ ਉਹਨਾਂ ਨੂੰ ਪੁੱਛ ਕੇ ਨਹੀਂ ਦਿੱਤੀ, ਕਿਸੇ ਵਿਅਕਤੀ ਨੂੰ ਦਿੱਤੀ ਜਿਹਦਾ ਕੋਈ ਸਥਾਨ ਹੀ ਨਹੀਂ ਹੈ। 60,000 ਵੋਟ ਪਏ ਆ ਉਹਨੂੰ, ਜ਼ਮਾਨਤ ਜ਼ਬਤ ਹੋਈ ਹੈ ਝੁੰਡਾ, ਅਤੇ ਉੱਥੇ ਵੀ ਉਹਨਾਂ ਦਾ ਧੁਰ ਵਿਰੋਧੀ ਜਿਹੜਾ ਸੀ ਉਹਨੂੰ ਟਿਕਟ ਦਿੱਤੀ, ਅਤੇ ਨਾਰਾਜ਼ ਤਾਂ ਆਪ ਹੀ ਹੋਣਾ। ਬੀਬੀ ਜਗੀਰ ਕੌਰ 4 ਵਾਰ ਦੀ ਪ੍ਰਧਾਨ ਹੈਗੀ ਹੈ ਸ਼੍ਰੋਮਣੀ ਕਮੇਟੀ ਦੀ, ਸ਼੍ਰੋਮਣੀ ਪ੍ਰਬੰਧਕ ਕਮੇਟੀ, ਔਰ ਇੱਕ ਡੇਰੇ ਦੀ ਪ੍ਰਮੁੱਖ ਵੀ ਹੈ, ਉਹ ਡੇਰੇ ਦਾ ਸਤਿਕਾਰ ਵੀ ਹੈ ਬਹੁਤ। ਅਤੇ ਇਹ ਜਿਹੜਾ ਬੜੇ ਲੀਡਰਾਂ ਨੂੰ ਅਪਮਾਨਿਤ ਕਰਨਾ, ਉਹ ਵੀ ਠੀਕ ਨਹੀਂ ਹੁੰਦਾ। ਔਰ ਅੱਜ ਜੇ ਅਕਾਲੀ ਦਲ ਦਾ ਨਿਗਾਰ ਆ ਰਿਹਾ, ਇਹ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਹੀ ਹੁਣ ਪਸੰਦ ਨਹੀਂ ਕਰਦੇ ਲੋਕ, ਇਹ ਹੈਗੀ ਗੱਲ, ਹੋਰ ਕੋਈ ਗੱਲ ਨਹੀਂ ਹੈ। ਅਤੇ ਜੇ ਲੀਡਰਸ਼ਿਪ ਬਦਲ ਕੇ ਵੀ ਕੰਮ ਚੱਲਦਾ ਹੋਵੇ ਤਾਂ ਚਲਾ ਲੈਣਾ ਚਾਹੀਦਾ, ਕਿਉਂ ਨਹੀਂ ਚਲਾਓ? ਪਰ ਸਿੱਧੇ ਤੌਰ 'ਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਕਿ ਬੀਜੇਪੀ ਦੀਆਂ ਕਠਪੁਤਲੀਆਂ ਸਾਡੇ ਵਿੱਚ ਆ ਕੇ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਇੱਦਾਂ ਜਿਹੜੇ
30-30 40-40 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਸਮਰਪਿਤ ਨੇ, ਉਹਨਾਂ ਦੇ ਪਰਿਵਾਰ ਸਮਰਪਿਤ ਨੇ। ਆ ਚੰਦੂ ਮਾਜਰਾ ਜੀ ਅਤੇ ਅਸੀਂ ਇਕੱਠੇ ਸਟੂਡੈਂਟ ਲੀਡਰ ਰਹੇ ਹਾਂ, ਠੀਕ ਹੈ। ਅਤੇ ਅੱਜ ਚੰਦੂ ਮਾਜਰਾ ਜੀ ਦਾ ਮਤਲਬ ਮੈਂ ਦੇਖਦਾ ਕਿ ਉਸ ਯੰਗ ਏਜ ਤੋਂ ਲੈ ਕੇ ਹੁਣ ਤੱਕ ਬਜ਼ੁਰਗ ਹੋ ਚੱਲੇ ਉਹ, ਉਹਨਾਂ ਦੇ ਬੇਟਾ ਵੀ MLA ਬਣ ਗਿਆ, ਮਤਲਬ ਇੰਨੇ ਉਹ ਹੋ ਗਏ, ਏਜ ਹੋ ਗਈ। ਅਤੇ ਉਹ ਚੰਦੂ ਮਾਜਰਾ ਜੀ ਨੂੰ ਕਹਿਣਾ ਕਿ ਬਈ ਇਹ ਤਾਂ BJP ਦਾ ਹੱਥ ਠੋਕਾ, ਔਰ ਉੱਧਰ ਢੀਂਡਸਾ ਜੀ ਨੂੰ ਇਹ ਕਹਿਣਾ, ਔਰ ਬੀਬੀ ਜਗੀਰ ਕੌਰ ਨੂੰ ਕਹਿਣਾ, ਬਡਾਲਾ ਸਾਹਿਬ ਨੂੰ ਕਹਿਣਾ, ਉਹਨਾਂ ਦੇ ਪਿਤਾ ਜੀ ਜਿਹੜੇ ਆ ਉਹ ਅਰਦਾਸਾਂ ਕਰਦੇ ਰਹੇ ਕਰਤਾਰਪੁਰ ਸਾਹਿਬ ਕੋਰੀਡੋਰ ਲਈ, ਉਹਨਾਂ ਨੂੰ ਹੁਣ ਬੂਰ ਪਿਆ ਜਾ ਕੇ ਮੋਦੀ ਜੀ ਨੇ ਪਾਇਆ। ਇਹਨਾਂ ਸਾਰਿਆਂ ਨੂੰ ਕਹਿਣਾ ਕਿ ਇਹ BJP ਦੇ ਹੱਥ ਠੋਕੇ ਨੇ, ਇਹ ਕਿੱਡਾ ਵੱਡਾ ਅਪਮਾਨ ਆ ਉਹਨਾਂ ਦੀਆਂ ਸ਼ਖਸੀਅਤਾਂ ਦਾ, ਉਹ ਕਿਸ ਤਰ੍ਹਾਂ ਨਾਲ ਚੱਲ ਪੈਣਗੇ ਜੇ ਤੁਸੀਂ ਇੱਦਾਂ ਦੀ ਭਾਸ਼ਾ ਬੋਲੋਗੇ। ਅਤੇ ਇਸ ਕਰਕੇ ਜਿਹੜੀ ਬੀਬਾ ਹਰਸਿਮਰਤ ਆ ਨਾ, ਉਹਨਾਂ ਨੂੰ ਤਾਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ। ਔਰ ਮੈਂ ਸਮਝਦਾ MP ਚਾਹੇ ਕੋਈ ਬਣੇ ਨਾ ਬਣੇ, ਪਰ ਪਾਰਟੀ 'ਚ ਵਿਵਹਾਰ ਅਤੇ ਆਚਰਣ ਜ਼ਰੂਰ ਹੋਣਾ ਚਾਹੀਦਾ, ਭਾਸ਼ਾ ਠੀਕ ਹੋਣੀ ਚਾਹੀਦੀ ਹੈ, ਔਰ ਇਹਨਾਂ ਦੇ ਰੁਤਬੇ ਦੇ ਨਾਲ ਇਹ ਭਾਸ਼ਾ ਨਹੀਂ ਮਿਲਦੀ। ਗਰੇਵਾਲ ਸਾਹਿਬ, ਇੱਕ ਸਮਾਂ ਸੀ BJP ਅਤੇ ਅਕਾਲੀ ਦਲ 9 ਮਾਸ ਦਾ ਰਿਸ਼ਤਾ ਮੰਨਿਆ ਜਾਂਦਾ ਸੀ, ਅਤੇ ਅੱਜ ਬਿਲਕੁਲ ਵੱਖਰੇ ਵੱਖਰੇ ਹੋ ਗਿਆ। ਉੱਥੇ ਹੀ ਅਕਾਲੀ ਦਲ ਦੇ ਪਾੜ ਦੇ ਵਿੱਚ BJP 'ਤੇ ਹੀ ਕਿਉਂ ਵਾਰੀ ਵਾਰੀ ਇਲਜ਼ਾਮ ਲੱਗ ਰਹੇ ਨੇ? ਇੱਦਾਂ ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਹੁੰਦੇ ਤਾਂ ਨਹੀਂ ਲੱਗਦਾ ਇਲਜ਼ਾਮ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਨਹੀਂ ਲੱਗਦਾ, ਸਰਦਾਰ ਸੁਰਜੀਤ ਸਿੰਘ ਬਰਨਾਲਾ ਹੁੰਦੇ ਨਹੀਂ ਲੱਗਦਾ। ਅਤੇ ਉਸ ਸਰੀਖੇ ਦੇ ਲੀਡਰ ਨਹੀਂ ਹੈ, ਉਹ ਸੋਚ ਨਹੀਂ ਹੈ, ਠੀਕ ਹੈ ਨਾ। ਅਤੇ ਆਪਣੇ ਜਥੇਦਾਰ ਗੁਰਚਰਨ ਸਿੰਘ ਟੌੜਾ, ਮੇਰੇ ਖਿਆਲ 17 ਵਾਰ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਉਹਨਾਂ ਦਾ ਅੱਜ ਵੀ ਸਤਿਕਾਰ ਅਤੇ ਸਨਮਾਨ ਆ ਉੱਥੇ ਦੇ ਪਿੰਡਾਂ 'ਚ, ਔਰ ਉਹਨਾਂ ਦਾ ਅੱਜ ਵੀ ਜਾ ਕੇ ਘਰ ਦੇਖ ਲਓ, ਉਹੀ ਛੋਟੇ ਜਿਹੇ 2 ਕਮਰੇ ਆ, ਉਹੀ ਕੋਈ ਘਰ ਦੇ ਵਿੱਚ ਕੋਈ ਜ਼ਿਆਦਾ ਉਸ ਤਰ੍ਹਾਂ ਦੀ ਗੱਲ ਨਹੀਂ ਹੈ। ਅਤੇ ਜੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇੱਕ ਵਾਰ ਦੇਖ ਲਓ, ਅਤੇ ਦੂਜੀ ਵਾਰ ਉਹਦੀ ਕਿਸ ਕੀ ਦਸ਼ਾ ਹੁੰਦੀ ਹੈ ਘਰ ਦੀ ਵੀ ਅਤੇ ਹੋਰ ਬਾਕੀ ਬਿਜ਼ਨਸ ਦੀ, ਉਹ ਵੀ ਦੇਖ ਲਓ। ਅਤੇ ਉਹ ਜਥੇਦਾਰ ਗੁਰਚਰਨ ਸਿੰਘ ਟੌੜਾ ਇੰਨੀ ਵਾਰ ਰਹੇ, ਸੰਤ ਬਾਬਾ ਚੰਨਣ ਸਿੰਘ ਰਹੇ, ਔਰ ਅਕਾਲੀ ਦਲ 'ਚ ਤਾਂ ਜਿਹੜੇ ਲੀਡਰ ਰਹੇ ਉਹ ਮੇਰਾ ਖਿਆਲ ਆ ਵੀ ਮਾਸਟਰ ਤਾਰਾ ਸਿੰਘ ਜੀ ਦੇ ਟਾਈਮ ਦੇ ਹੀ, ਗਿਆਨੀ ਕਰਤਾਰ ਸਿੰਘ ਵੀ ਸੀਗੇ, ਬਾਕੀ ਲੋਕ ਵੀ ਸੀਗੇ, ਤਿਆਗ ਤਪੱਸਿਆ ਦੀ ਮੂਰਤੀ ਸੀ ਇਹ ਲੋਕ। ਉਸ ਦੇ ਨਾਲ ਹੀ ਜਿਹੜੀ ਬਾਗੀ ਤੇਰਾ, ਭਾਵੇਂ ਬੀਬੀ ਜਗੀਰ ਕੌਰ ਦੀ ਗੱਲ ਕਰੀਏ, ਭਾਵੇਂ ਢੀਂਡਸਾ ਪਰਿਵਾਰ ਦੀ ਗੱਲ ਕਰੀਏ, ਉਹਨਾਂ ਨੂੰ ਤੁਹਾਡੇ ਵੱਲੋਂ ਸਰਾਇਆ ਜਾ ਰਿਹਾ ਹੈ, ਫਿਰ ਕਿਤੇ ਨਾ ਕਿਤੇ ਇੱਕ ਸ਼ੱਕ ਦੀ ਜਿਹੜੀ ਇੱਕ ਸੂਈ ਤੁਹਾਡੇ 'ਤੇ ਘੁੰਮੇਗੀ ਕਿ BJP ਦੇ ਨਾਲ ਸੰਬੰਧਿਤ ਨਾ ਹੋਣ, ਤਾਂ ਹੀ ਸਰਾਇਆ ਜਾ ਰਿਹਾ? ਮੈਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਭ ਤੋਂ ਜ਼ਿਆਦਾ ਸਤਿਕਾਰ ਕਰਦਾ। ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੂਝਬੂਝ ਨਾ ਹੁੰਦੀ, ਔਰ ਅਟਲ ਜੀ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜੋੜੀ ਨਾ ਬਣਦੀ, ਅਤੇ ਸਿੱਖਾਂ ਨੂੰ ਅਪਮਾਨਿਤ ਕੀਤਾ ਜਾਂਦਾ ਸੀ ਪੂਰੇ ਦੇਸ਼ 'ਚ, ਤਲਾਸ਼ੀਆਂ ਲਈਆਂ ਜਾਂਦੀਆਂ ਸੀ, ਉਹਨਾਂ ਨੂੰ ਅੱਤਵਾਦੀ ਸਮਝਿਆ ਜਾਂਦਾ ਸੀ, ਉਹਨਾਂ ਨੂੰ ਗਲਤ ਕੰਮ ਕਰਨ ਵਾਲੇ ਸਮਝਿਆ ਜਾਂਦਾ ਸੀ, ਕਿੱਥੇ ਤਾਂ ਇੱਕ ਸਿੱਖ ਬੱਸ ਚੜ੍ਹ ਜਾਂਦਾ ਸੀ, ਲੋਕ ਕਹਿੰਦੇ ਸੀ ਹੁਣ ਅਸੀਂ ਸੁਰੱਖਿਅਤ ਹਾਂ, ਹੁਣ ਇਹ ਸਰਦਾਰ ਜੀ ਚੜ੍ਹ ਗਏ, ਹੁਣ ਨਹੀਂ ਸਾਨੂੰ ਕੁਛ ਹੋਣ ਦੇਣਗੇ, ਕਿੱਥੇ ਆ ਕੇ ਇਹ ਹੋ ਗਿਆ ਕਿ ਆਤੰਕਵਾਦੀ ਦਿਖਾਈ ਦੇਣ ਲੱਗ ਗਏ ਸੀ। ਔਰ ਉਹ ਬਾਦਲ ਸਾਹਿਬ ਦੀ ਅਤੇ ਅਟਲ ਜੀ ਦੀ ਜੋੜੀ ਸੀ ਜਿਹਨੇ ਦੁਬਾਰਾ ਮਾਨ ਅਤੇ ਸਨਮਾਨ ਬਹਾਲ ਕੀਤਾ, ਔਰ ਦੇਸ਼ ਦੀ ਮੇਨ ਸਟ੍ਰੀਮ ਨਾਲ ਜੋੜਿਆ, ਅਪਮਾਨਿਤ ਜਿਹੜਾ ਕਰਦੇ ਸੀ ਉਸ ਨੂੰ ਰੋਕਿਆ। ਅਤੇ ਇਹ ਵੀ ਤਾਂ ਮੈਂ ਉਹਨਾਂ ਦੀ ਪ੍ਰਸ਼ੰਸਾ ਹੀ ਕਰ ਰਿਹਾ ਨਾ, ਅਤੇ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਜਿਹੜੇ ਅੱਛੇ ਕੰਮ ਜੋ ਕਰਦੇ ਨੇ ਲੋਕ ਉਹਨਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ, ਜੋ ਨਹੀਂ ਕਰਦੇ ਅੱਛੇ ਅਤੇ ਦੇਸ਼ ਨੂੰ ਸਹੀ ਦਿਸ਼ਾ ਨਹੀਂ ਦਿੰਦੇ
ਔਰ ਸੂਬੇ ਨੂੰ ਸਹੀ ਦਿਸ਼ਾ ਨਹੀਂ ਦਿੰਦੇ। ਅਕਾਲੀ ਦਲ ਦੀ ਇੱਕ ਹੋਰ ਬਹੁਤ ਬੜੀ ਜ਼ਰੂਰਤ ਆ ਜਿਹੜਾ ਮੈਂ ਤੁਹਾਨੂੰ ਦੱਸਣ ਵਾਲਾ, ਆਹ ਜਿਹੜਾ 2% ਯੂਥ ਆ ਪੰਜਾਬ ਦਾ, ਜਿਹੜਾ ਕੁਛ ਅੰਮ੍ਰਿਤਪਾਲ ਨਾਲ ਲੱਗ ਜਾਂਦਾ, ਕੁਛ ਪਿੰਡਾਂ ਵਾਲੇ ਦੀ ਜਰਸੀ ਪਾ ਲੈਂਦਾ, ਕੁਛ ਗੁਰਪਤਵੰਤ ਪੰਨੂ ਦੇ ਨਾਲ ਲੱਗ ਜਾਂਦਾ, ਉਹ SFJ ਵਾਲਾ ਜਿਹੜਾ ਗੱਦਾਰ ਹੈ ਦੇਸ਼ ਦਾ, ਔਰ ਕੁਛ ਪਾਕਿਸਤਾਨ ਨਾਲ ਹੀ ਲੱਗ ਜਾਂਦਾ, ISI ਦੇ ਪ੍ਰਭਾਵਿਤ ਹੋ ਜਾਂਦੇ ਆ। ਉਹ ਜਿਹੜਾ ਹੈਗਾ ਉਹ ਸਾਡੇ ਭਾਰਤੀ ਜਨਤਾ ਪਾਰਟੀ ਕਹੇ ਇਹਨਾਂ ਨਾਲ ਵੀ ਨਹੀਂ ਲੱਗ ਸਕਦਾ, ਉਹ ਆਮ ਆਦਮੀ ਪਾਰਟੀ ਨਾਲ ਵੀ ਨਹੀਂ ਜੁੜ ਸਕਦਾ, ਔਰ ਉਹ ਯੂਥ ਜਿਹੜਾ ਉਹ ਕਾਂਗਰਸ ਨਾਲ ਤਾਂ ਜੁੜਨਾ ਹੀ ਕੀ ਆ, ਉਹਨਾਂ ਨੂੰ ਤਾਂ ਨਫ਼ਰਤ ਕਰਦੇ ਆ। ਉਹ ਯੂਥ ਸਿਰਫ ਜੁੜ ਸਕਦਾ ਜੇ ਅਕਾਲੀ ਦਲ 'ਚ ਸਾਹ ਰਹਿਣਗੇ ਤਾਂ ਅਕਾਲੀ ਦਲ ਨਾਲ, ਉਹਨਾਂ ਨੂੰ ਸਹੀ ਦਿਸ਼ਾ ਮਿਲ ਸਕਦੀ ਹੈ, ਕਿਉਂਕਿ ਅਕਾਲੀ ਦਲ ਦੇਸ਼ ਭਗਤ ਪਾਰਟੀ ਹੈ। ਇਸ ਕਰਕੇ ਇਹਦਾ ਰਹਿਣਾ ਜ਼ਰੂਰੀ ਆ। ਉਹਦਾ ਪ੍ਰਧਾਨ ਚੰਦੂਮਾਜਰਾ ਜੀ ਹੋਣ, ਉਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ, ਉਹਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਜੀ ਹੋਣ, ਕੋਈ ਵੀ ਹੋਵੇ, ਉਹਦੇ 'ਚ ਸਾਨੂੰ ਨਹੀਂ ਹੈ ਉਸ ਜਾਤ ਨਾਲ ਕੋਈ ਮਤਲਬ ਨਹੀਂ, ਉਹ ਪੰਜਾਬ ਦੇ ਲਈ ਜ਼ਰੂਰੀ ਹੈ, ਨਹੀਂ ਤਾਂ ਪੰਜਾਬ ਦੀ ਨੌਜਵਾਨੀ ਦਾ ਕਿੰਨਾ ਕਾਣ ਹੋਇਆ। ਤਾਂ ਇਸ ਕਰਕੇ ਇਹ ਇਸ ਲਈ ਅਸੀਂ ਕਹਿੰਦੇ ਹਾਂ ਕਿ ਅਕਾਲੀ ਦਲ ਜ਼ਰੂਰੀ ਆ ਔਰ ਪੰਥਕ ਪਾਰਟੀ ਆ, ਪਰ ਉਹ ਤਾਂ ਦੇਖਣਾ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿ ਇਹਨੂੰ ਜ਼ਿੰਦਾ ਰੱਖਣਾ ਜਾਂ ਨਹੀਂ ਰੱਖਣਾ। ਹੁਣ ਜਦੋਂ ਉਹਨਾਂ ਨੂੰ ਪਬਲਿਕ ਨਹੀਂ ਸਵੀਕਾਰ ਕਰਦੀ, ਦੇਖੋ ਕੋਈ ਵੀ ਪਾਰਟੀ ਜਿਹੜੀ ਆ, ਅਕਾਲੀ ਦਲ ਦਾ ਕੈਡਰ ਹੈਗਾ ਇੰਟੈਕਟ ਆ, ਉਹ ਨਹੀਂ ਕਿਤੇ ਗਿਆ, ਵਰਕਰ ਹੈਗੇ ਆ, ਇਹ ਲੀਡਰਸ਼ਿਪ ਦੀ ਗੜਬੜ ਆ, ਮੈਂ ਇਹ ਵੀ ਕਹਿਣਾ। ਅਤੇ ਵੈਸੇ ਤਾਂ ਅਕਾਲੀ ਦਲ ਦੇ ਲੀਡਰਾਂ ਨੇ ਅਕਾਲੀ ਦਲ ਚਲਾਉਣਾ, ਪਰ ਜਿੱਥੇ ਸੂਬੇ ਦੀ ਗੱਲ ਆਊਗੀ, ਜਿੱਥੇ ਇੱਥੋਂ ਦੀ ਜਵਾਨੀ ਦੀ ਗੱਲ ਆਊ, ਉਹਨੂੰ ਦਿਸ਼ਾ ਦੇਣ ਦੀ ਗੱਲ ਆਊ, ਉੱਥੇ ਤਾਂ ਅਸੀਂ ਬੋਲਾਂਗੇ ਨਾ, ਜਾਂ ਉੱਥੇ ਵੀ ਨਾ ਬੋਲੀਏ। ਮੈਨੂੰ ਕੋਈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸਾਰੇ ਜੁੜਦੇ ਹੋਣ, ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦੇ ਹੋਣ, ਮੈਨੂੰ ਕੀ ਇਤਰਾਜ਼ ਆ, ਬਣੇ ਰਹਿਣ, ਪਰ ਸਾਨੂੰ ਖਾਮ ਖਾਬ ਬਦਨਾਮ ਨਾ ਕਰਨ, ਜਿਹੜਾ ਜਿਸ ਤਰ੍ਹਾਂ ਕਰਨ ਲੱਗੇ ਹੋਏ ਆਪਰੇਸ਼ਨ ਲੋਟਸ, ਵੀ ਭਾਈ ਤੁਹਾਡੇ ਆਹ ਸਾਈਕਲ 'ਤੇ ਚੜ੍ਹਨ ਵਾਲੇ 2 MLA ਨੂੰ ਕੀ ਕਰਾਂਗੇ ਅਸੀਂ, ਅਤੇ ਸਾਡੇ ਕੋਲ ਵੀ 2 ਹੀ ਨੇ, ਠੀਕ ਹੈ ਗੱਲ, ਇਹ ਕੰਮ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ। ਔਰ BJP ਆਖਰ ਅਸੀਂ ਤਾਂ ਇਸ ਵਾਰ ਵੀ ਸੀ ਵੀ ਸਾਡਾ ਗਠਬੰਧਨ ਹੋ ਜੇ, ਤਾਂ ਸੁਖਬੀਰ ਸਿੰਘ ਬਾਦਲ ਦੀ ਜਗ੍ਹਾ ਅਗਰ ਪ੍ਰਕਾਸ਼ ਸਿੰਘ ਬਾਦਲ ਹੁੰਦੇ, ਜਾਂ ਕੋਈ ਹੋਰ ਹਰਚੰਦ ਸਿੰਘ ਲੌਂਗੋਵਾਲ ਵਰਗੇ ਮਹਾਂਪੁਰਸ਼ ਹੁੰਦੇ, ਤਾਂ ਮੈਂ ਸਮਝਦਾ ਕਿ ਇਹ ਗਠਬੰਧਨ ਟੁੱਟਣਾ ਹੀ ਨਹੀਂ ਸੀ ਔਰ ਪੰਜਾਬ ਨੂੰ ਵਧੀਆ ਰਿਪ੍ਰਜੈਂਟੇਸ਼ਨ ਮਿਲਣੀ ਸੀ, ਆਮ ਆਦਮੀ ਪਾਰਟੀ ਵੀ ਕਦੇ ਨਹੀਂ ਆਉਣੀ ਸੀ, ਠੀਕ ਹੈ ਨਾ। ਇਹ ਜਿਹੜਾ ਸਾਰਾ ਹੈਗਾ ਇਹ ਅਕਾਲੀ ਦਲ 'ਚ ਅੱਜ ਨਿਗਾਰ ਆ ਗਿਆ, ਉਹ ਨਹੀਂ ਆਉਣਾ ਚਾਹੀਦਾ। ਕੋਈ ਵੀ ਬਾਗੀ ਧੜੇ ਦਾ ਲੀਡਰ ਤੁਹਾਡੇ ਸੰਪਰਕ ਦੇ ਵਿੱਚ ਹੈ ਇਸ ਸਮੇਂ? ਨਹੀਂ, ਸੰਪਰਕ 'ਚ ਤਾਂ ਦੇਖੋ ਅਸੀਂ ਕਿਸੇ ਵੀ ਫੰਕਸ਼ਨ 'ਚ ਮਿਲਦੇ ਹਾਂ ਜਾਂ ਕੁਛ ਕਰਦੇ ਹਾਂ। ਢੀਂਡਸਾ ਜੀ ਤਾਂ ਮੈਂ ਬੱਚਿਆਂ ਵਰਗਾ ਹਾਂ, ਚੰਦੂ ਮਾਜਰਾ ਦੇ ਨਾਲ ਅਸੀਂ ਇਕੱਠੇ ਸਟੂਡੈਂਟ ਯੂਨੀਅਨ 'ਚ ਰਹੇ ਹਾਂ, ਠੀਕ ਹੈ, ਅਤੇ ਉਹ ਸੰਪਰਕ ਦੀ ਕੀ ਗੱਲ ਆ, ਅਸੀਂ ਇੱਕ ਦੂਜੇ ਦੇ ਪਰਿਵਾਰਾਂ ਨੂੰ ਜਾਣਦੇ ਹਾਂ, ਦੁੱਖ ਸੁੱਖ 'ਚ ਜਾਂਦੇ ਹਾਂ, ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਵੀ ਠੀਕ ਆ, ਕੋਈ ਅਸੀਂ ਕੋਈ ਨਿੱਜੀ ਤੌਰ 'ਤੇ ਤਾਂ ਕਾਂਗਰਸ ਵਾਲਿਆਂ ਨਾਲ ਵੀ ਠੀਕ ਹੋਏਗੀ, ਇਹਦਾ ਮਤਲਬ ਸੰਪਰਕ 'ਚ ਨੇ ਤਾਂ ਇਹੀ ਕੰਮ ਕਰਦੇ ਆ ਸਾਰੇ, ਸੰਪਰਕ ਮੇਰੇ ਵੀ ਹੈਗੇ ਆ ਸਾਰਿਆਂ ਨਾਲ, ਇਹਨਾਂ ਦੇ ਵੀ ਸਾਰਿਆਂ ਨਾਲ ਨੇ, ਉਹਦੇ 'ਚ ਕੋਈ ਅਸੀਂ ਇੱਕ ਆਪਦੀ ਪਾਰਟੀ ਨਾਲ ਗੱਦਾਰੀ ਕਰਨੀ ਹੁੰਦੀ ਹੈ, ਇਹ ਇਸ ਤਰ੍ਹਾਂ ਦਾ ਕੰਮ ਨਹੀਂ ਹੁੰਦਾ, ਔਰ ਨਾ ਇਸ ਤਰ੍ਹਾਂ ਪਾਰਟੀਆਂ ਚੱਲਿਆ ਕਰਦੀਆਂ ਨੇ, ਨਾ ਇਸ ਤਰ੍ਹਾਂ ਜਿਹੜੀ ਪਰਿਪੱਕ ਹੁੰਦੇ ਆ ਲੀਡਰਸ਼ਿਪ ਜਿਹੜੇ 'ਚ ਲੋਕ, ਨਾ ਹੀ ਉਹ ਚੱਲਿਆ ਕਰਦੇ, ਇਹ ਸਾਰੇ ਬੜੇ ਲੀਡਰ ਨੇ, ਮੈਂ ਇਹਨਾਂ ਨੂੰ ਕਹਿਣਾ ਪਰਿਪੱਕ ਨੇ ਇਹ ਆਪਦੀ ਪਾਰਟੀ ਦੇ, ਮੈਂ ਵੀ ਹੈਗਾ ਆਪਦੀ ਪਾਰਟੀ ਦਾ, ਠੀਕ ਹੈ, ਐਸਾ ਕੋਈ ਵੀ ਗੱਦਾਰੀ ਨਹੀਂ ਕਰ ਰਿਹਾ, ਪਰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਮੇਰਾ ਖਿਲਾਫ ਦੇ ਲੀਡਰਾਂ ਨੂੰ ਹੀ ਅਪਮਾਨਿਤ ਕਰ ਰਹੇ ਆ, ਇਹ ਆਪਦੇ ਕੈਡਰ ਨੂੰ ਹੀ ਅਪਮਾਨਿਤ ਕਰ ਰਹੇ ਆ, ਆਪਦੇ ਆਪਦੇ ਹਲਕਿਆਂ ਦੇ ਬੜੇ ਲੀਡਰ ਨੇ ਇਹ,
ਐਸੀ ਗੱਲ ਥੋੜ੍ਹਾ ਹੈਗੀ ਹੈ। ਜੇ ਅਕਾਲੀ ਦਲ ਇਹੀ ਕੰਮ ਕਰਨ ਲੱਗ ਜਾਓ ਫਿਰ ਤਾਂ ਖਤਮ ਹੋ ਹੀ ਜਾਊਗਾ। ਉਹਨਾਂ ਨੂੰ ਤਾਂ ਬੋਲਣਾ ਹੀ ਨਹੀਂ ਚਾਹੀਦੀਆਂ ਇਹੋ ਜਿਹੀਆਂ ਗੱਲਾਂ, ਠੀਕ ਹੈ ਨਾ। ਇਹ ਜਿਹੜਾ ਬੋਲ ਰਹੇ ਆ ਇਹ ਗਲਤ ਕਰ ਰਹੇ ਆ। ਔਰ ਫਿਰ ਅਕਾਲੀ ਦਲ ਨੂੰ ਭਾਜਪਾ ਦੀ ਜ਼ਰੂਰਤ ਕਿਉਂ ਆ? ਅਕਾਲੀ ਦਲ ਕਾਂਗਰਸ ਦੇ ਨਾਲ ਨਹੀਂ ਲੱਗ ਸਕਦਾ, ਕਿਉਂਕਿ ਐਂਟੀ ਕਾਂਗਰਸਿਜ਼ਮ 'ਤੇ ਖੜ੍ਹਾ ਹੋਇਆ। ਕਾਂਗਰਸ ਨੇ ਸਿੱਖ ਸੰਸਥਾਵਾਂ 'ਤੇ ਹਮਲੇ ਕੀਤੇ, ਕਾਂਗਰਸ ਨੇ ਓਪਰੇਸ਼ਨ ਬਲੂ ਸਟਾਰ ਕਰਵਾਇਆ, ਕਾਂਗਰਸ ਨੇ 84 ਦੀ ਨਸਲਕੁਸ਼ੀ ਕਰਵਾਈ, ਇਹ ਸਭ ਕੁਝ ਕਾਂਗਰਸ ਨੇ ਕਰਵਾਇਆ। ਉਹਨਾਂ ਨਾਲ ਤਾਂ ਲੱਗ ਹੀ ਨਹੀਂ ਸਕਦੇ। ਜਦੋਂ ਸੈਂਟਰ 'ਚ ਇਹਨਾਂ ਨੂੰ ਲੀਡਰਸ਼ਿਪ ਦੀ ਜ਼ਰੂਰਤ ਹੋਊਗੀ ਤਾਂ ਉਹ ਭਾਜਪਾ ਨਾਲ ਹੀ ਹੈ, ਲੱਗ ਸਕਦੇ ਆ, ਇਹ ਵੀ ਪਤਾ ਇਹਨਾਂ ਨੂੰ। ਅਤੇ ਉਸ ਤੋਂ ਬਿਨਾਂ ਹਰ ਦਲ ਨੂੰ, ਜਿਹੜੇ ਖੇਤਰੀ ਦਲ ਹੁੰਦੇ ਆ ਉਹਨਾਂ ਨੂੰ ਕੇਂਦਰ 'ਚ ਕਿਸੇ ਨਾ ਕਿਸੇ ਬੜੀ ਪਾਰਟੀ ਨਾਲ ਲੱਗਣਾ ਪੈਂਦਾ ਹੁੰਦਾ। ਲੱਗਦਾ ਹੈ ਇੱਕ ਪਾਸੇ ਅਕਾਲੀ ਦਲ ਤਾਂ ਇਲਜ਼ਾਮ ਲਗਾ ਰਹੀ ਹੈ, ਦੂਜੇ ਪਾਸੇ ਬਾਗੀ ਧਿਰੇ ਵੱਲੋਂ ਹਜੇ ਤੱਕ ਤੁਹਾਡੇ 'ਤੇ ਕੋਈ ਸਵਾਲ ਨਹੀਂ ਚੁੱਕੇਗਾ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸੇ ਦੇ ਵੀ ਸੰਪਰਕ ਦੇ ਵਿੱਚ ਨਹੀਂ ਹੈਗੇ। ਨਹੀਂ ਹੈਗੇ, ਮੈਂ ਕਹਿੰਦਾ ਕਿ ਉਹ ਤਾਂ ਉਹਨਾਂ ਨੂੰ ਬਦਨਾਮ ਕਰ ਰਹੇ ਆ, ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕਰ ਰਹੇ ਆ, ਜਿਹੜਾ ਨਹੀਂ ਕਰਨਾ ਚਾਹੀਦਾ। ਆਪਦੇ ਲੀਡਰਾਂ ਦੇ ਕਰੈਕਟਰ ਅਸੈਸੀਨੇਸ਼ਨ ਕਰ ਲੈਣਗੇ, ਕੱਲ੍ਹ ਨੂੰ ਇਕੱਠੇ ਕਿੱਦਾਂ ਬੈਠਣਗੇ? ਇਹ ਤਾਂ ਪੱਕਾ ਹੀ ਪਾਰਟੀ 'ਚ ਡਿਵੀਜ਼ਨ ਕਰ ਰਹੇ ਆ, ਇਹ ਨਹੀਂ ਕਰਨਾ ਚਾਹੀਦਾ। ਹੁਣ ਵੀ ਇਹਨਾਂ ਨੂੰ ਇਕੱਠੇ ਬੈਠ ਕੇ ਆਪਦੇ ਮਸਲੇ ਹੱਲ ਕਰਨੇ ਚਾਹੀਦੇ ਆ। ਅਕਾਲੀ ਦਲ ਦੇ ਦਰਵਾਜ਼ੇ ਕੌਣ ਬੰਦ ਕਰੇਗਾ ਜੀ? ਅਕਾਲੀ ਦਲ ਪੰਜਾਬ ਦੀ ਪਾਰਟੀ ਹੈ, ਕਿਸੇ ਇੱਕ ਪਰਿਵਾਰ ਦੀ ਨਹੀਂ ਹੈ। ਹੁਣ ਇਹ ਅਕਾਲੀ ਦਲ, ਅੱਜ ਦਾ ਜਿਹੜਾ ਅਕਾਲੀ ਦਲ ਆ, ਇਹ ਕਿਉਂ ਨਿਘਾਰ ਆਇਆ? ਜਦੋਂ ਆਪਣਾ ਆਚਰਣ, ਆਪਣਾ ਕੰਮ ਕਰਨ ਦੇ ਤਰੀਕੇ ਅਤੇ ਆਪਣਾ ਸਵਰੂਪ ਕੋਈ ਦਲ ਬਦਲੇ ਤਾਂ ਉਸ ਵੇਲੇ ਉਹ ਖਤਮ ਹੋਣ ਦੀ ਤਰਫ ਚੱਲ ਪੈਂਦਾ, ਇਹੀ ਕਾਰਨ ਆ। ਨਹੀਂ ਤਾਂ ਅਕਾਲੀ ਦਲ ਨੂੰ ਕੌਣ ਖਤਮ ਕਰ ਸਕਦਾ? ਅਕਾਲੀ ਦਲ 'ਚੋਂ ਕੌਣ ਕਿਸੇ ਨੂੰ ਕੱਢ ਸਕਦਾ? ਠੀਕ ਹੈ ਨਾ। ਮੈਂ ਕੋਈ ਇਸ ਕਰਕੇ ਨਹੀਂ, ਮੈਂ ਤਾਂ ਆਪਦੀ ਪਾਰਟੀ ਦਾ ਖੈਰ ਖਵਾਂ। ਮੈਨੂੰ ਤਾਂ 35 ਸਾਲ ਹੋ ਗਏ ਇਸ ਗੱਲ 'ਤੇ ਲੱਗੇ ਨੂੰ ਕਿ ਸਾਡੀ ਪਾਰਟੀ ਖੜ੍ਹੀ ਹੋਵੇ ਪੰਜਾਬ 'ਚ, ਅਸੀਂ ਮਜ਼ਬੂਤ ਹੋਈਏ, ਸਾਡੀ ਆਪਣੀ ਸਰਕਾਰ ਬਣੇ। ਤਾਂ ਮੈਨੂੰ ਅਕਾਲੀ ਦਲ ਬਾਰੇ ਇੰਨੀ ਪ੍ਰਸ਼ੰਸਾ ਕਰਨ ਦੀ ਜ਼ਰੂਰਤ ਨਹੀਂ ਹੈ। ਉਹਨਾਂ ਦਾ ਦਲ ਜਿਵੇਂ ਮਰਜ਼ੀ ਚਲਾਉਣ। ਪਰਿਵਾਰ ਦੀ ਗੱਲ ਕੀਤੀ, ਕਿਤੇ ਨਾ ਕਿਤੇ ਲੱਗਦਾ ਹੈ ਕਿ ਪਰਿਵਾਰਵਾਦ ਦੇ ਚੱਲਦੇ ਹੋਏ ਪਾਰਟੀ ਲਗਾਤਾਰ ਖਤਮ ਹੋ ਰਹੀ ਹੈ। ਪਰਿਵਾਰਵਾਦ ਦਾ ਹੀ ਕੰਮ ਆ, ਜਦੋਂ ਪਰਿਵਾਰ ਦੇ ਇੰਟਰਸਟ ਦੇਖੂ, ਪੰਥ ਦੇ ਇੰਟਰਸਟ ਨਹੀਂ ਦੇਖੂ ਤਾਂ ਉਹਨੇ ਖਤਮ ਹੀ ਹੋਣਾ ਨਾ, ਠੀਕ ਹੈ ਨਾ ਗੱਲ। ਅਤੇ ਉਹ ਤਾਂ ਉਹਨਾਂ ਨੇ ਦੇਖਣਾ, ਪਰ ਇਸ ਤਰ੍ਹਾਂ ਆਪਦੇ ਹੀ ਲੀਡਰਾਂ ਨੂੰ ਬਦਨਾਮ ਨਾ ਕਰਨ। ਓਪਰੇਸ਼ਨ ਲੋਟਸ ਆ ਜੀ, BJP ਦੇ ਇਸ਼ਾਰੇ 'ਤੇ ਆ ਜੀ, ਇਹ ਆ, ਇਹ ਕੀ ਗੱਲ ਹੋਈ? ਢੀਂਡਸਾ ਜੀ ਵਰਗੇ ਲੋਕ ਜਿਹੜੇ ਆ, ਚੰਦੂ ਮਾਜਰਾ ਹੋਏ, ਇਹ ਆਪਦੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ 'ਚ ਕੱਢ ਲਈ। ਮੈਨੂੰ ਯਾਦ ਆ ਢੀਂਡਸਾ ਜਦੋਂ ਇਲੈਕਸ਼ਨ ਲੜੇ ਤਾਂ ਮੇਰਾ ਹੀ ਪਿੰਡ ਦਾ ਨਾਂ ਧਨੌਲਾ, ਧਨੌਲਾ ਅਸੈਂਬਲੀ ਹੁੰਦੀ ਸੀ, ਉੱਥੋਂ ਢੀਂਡਸਾ ਜੀ ਪਹਿਲੀ ਵਾਰ ਜਿੱਤੇ ਆਜ਼ਾਦ, ਫਿਰ ਇਹ ਅਕਾਲੀ ਦਲ ਚਲੇ ਗਏ। ਉਸ ਤੋਂ ਬਾਅਦ ਕਦੇ ਵੀ ਇਹ ਕਿਸੇ ਦੂਸਰੀ ਪਾਰਟੀ 'ਚ ਗਏ ਹੀ ਨਹੀਂ, ਅਕਾਲੀ ਦਲ 'ਚ ਰਹੇ। ਬਾਦਲ ਸਾਹਿਬ ਦੇ ਨਜ਼ਦੀਕੀ ਸਾਥੀ ਨੇ, ਘੱਟ ਤੋਂ ਘੱਟ ਸੁਖਬੀਰ ਸਿੰਘ ਬਾਦਲ ਇੰਨੀ ਤਾਂ ਸ਼ਰਮ ਕਰ ਲੈਣ ਕਿ ਆਪਣੇ ਪਿਤਾ ਦੇ ਸਾਥੀ ਨੂੰ ਬਦਨਾਮ ਤਾਂ ਨਾ ਕਰੋ। ਤਾਂ ਬਿਲਕੁਲ ਕਿਤੇ ਨਾ ਕਿਤੇ BJP ਦੇ ਵੱਲੋਂ ਸਿੱਧੇ ਤੌਰ 'ਤੇ ਕਹਿ ਦਿੱਤਾ ਗਿਆ ਹੈ ਕਿ ਸਾਡਾ ਅਕਾਲੀ ਦਲ ਨਾਲ ਕੋਈ ਸੰਬੰਧ ਨਹੀਂ ਹੈ। ਜੇਕਰ ਉਹਨਾਂ ਦੇ ਵਿੱਚ ਦੋ ਪਾੜ ਵੀ ਪੈ ਰਹੇ ਆ ਜਾਂ ਧੜੇਬੰਦੀ ਵੀ ਹੋ ਰਹੀ ਹੈ, ਉਸ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਸਾਨੂੰ ਬਿਨਾਂ ਗੱਲ ਤੋਂ ਬਦਨਾਮ ਨਾ ਕੀਤਾ ਜਾਵੇ। ਵੀਡੀਓ ਜਰਨਲਿਸਟ ਲਾਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ, ABP ਸਾਂਝਾ, ਚੰਡੀਗੜ੍ਹ।